ਮੋਦੀ ਸਰਕਾਰ ਦੋ ਦਾ ਅੱਜ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਤੋਂ ਹਰ ਕਿਸੇ ਨੂੰ ਉਮੀਦ ਸੀਗੀ ਕਿ ਉਹਨਾਂ ਲਈ ਬਜਟ ਦੇ ਵਿੱਚ ਕੁਛ ਜਿਹੜਾ ਪਿਟਾਰਾ ਖੁੱਲ੍ਹੇਗਾ, ਕੁਛ ਨਾ ਕੁਛ ਉਹਨਾਂ ਨੂੰ ਮਿਲੇਗਾ। ਸਾਡੇ ਨਾਲ ਹੈਗੇ ਹੈ PhD ਚੈਂਬਰ ਆਫ ਕਾਮਰਸ ਦੇ ਪ੍ਰਧਾਨ, ਇਹਨਾਂ ਨਾਲ ਪਹਿਲਾਂ ਗੱਲ ਕਰਦੇ ਹਾਂ। ਖੰਨਾ ਜੀ, ਤੁਹਾਡੇ ਨਾਲ ਗੱਲ ਕਰਦੇ ਹਾਂ ਅਸੀਂ, ਕੀ ਕਹਿਣਾ ਚਾਹੋਗੇ ਫਸਟ ਆਫ ਆਲ, ਕੀ ਰਿਐਕਸ਼ਨ? ਬਜਟ ਜਿਹੜਾ ਗਰੋਥ ਓਰੀਐਂਟਿਡ ਹੈ ਔਰ ਇਕਾਨਮੀ ਨੂੰ ਇੰਪਰੂਵ ਕਰੇਗਾ, ਇੰਪਲੋਇਮੈਂਟ ਜਨਰੇਟ ਹੋਏਗੀ ਕਿਉਂਕਿ ਟੈਕਸੇਸ਼ਨ 'ਚ ਵੀ ਰਾਹਤ ਦਿੱਤੀ ਗਈ, 5 ਲੱਖ ਕੋਈ ਟੈਕਸ ਨਹੀਂ। ਇਨਫਰਾਸਟ੍ਰਕਚਰ 'ਚ ਬਹੁਤ ਪੈਸਾ ਪਾਇਆ ਗਿਆ ਔਰ ਰੂਰਲ ਇਕਾਨਮੀ ਬੜੀ ਵਧੇਗੀ। ਫਾਰਮਰਸ ਦਾ ਜਿਹੜਾ ਡਿਸਟ੍ਰੈਸ ਹੈਗਾ ਉਹਨੂੰ ਇਹ ਲੌਂਗ ਟਰਮ ਸੋਚ ਰਹੇ, ਔਰ ਮੈਂ ਸਮਝਾਂਗਾ ਇਹ ਲੋਕਾਂ ਨੂੰ ਸ਼ਾਇਦ ਸਮਝ ਨਹੀਂ ਆਏਗੀ ਹਾਲੀ, ਪਰ ਇਹ ਬਜਟ ਜਿਹੜਾ ਇਹਨੇ ਫਾਊਂਡੇਸ਼ਨ ਪੱਕੀ ਕਰ ਦਿੱਤੀ ਹੈ ਜੋ ਪਿਛਲੀ ਵਾਰੀ ਕੀਤੀ ਸੀ। ਔਰ ਇਹਦੇ ਵਿੱਚ NBFC 'ਚ ਲਿਕੁਇਡਿਟੀ ਹੈ, ਕੰਟਰੀ 'ਚ ਲਿਕੁਇਡਿਟੀ ਨਹੀਂ ਹੈ, ਇਸ ਲਈ ਸਭ ਕੰਪਨੀਆਂ ਫੇਲ ਹੋ ਰਹੀ ਹੈ, ਉਹਨੂੰ ਪੰਪ ਹੋਏਗਾ ਉਹਦੇ ਨਾਲ, ਫਿਰ ਚੱਕਾ ਜਿਹਨੂੰ ਕਹਿੰਦੇ ਨਾ ਪੰਜਾਬੀ 'ਚ, ਚੱਕਾ ਘੁੰਮੇਗਾ। ਔਰ ਇਹਦੇ ਨਾਲ ਜਿਹੜੀ ਸਾਡੀ ਬਿਲਕੁਲ ਇਸ ਲਈ ਉਦਾਸ ਹੋਏ ਪਏ ਸੀ ਲੋਕ, ਫੋਰਨ ਇਨਵੈਸਟਮੈਂਟਸ ਹੋਰ ਆਉਣਗੀਆਂ ਔਰ ਇੰਡੀਆ ਨੂੰ ਇਸ ਲਈ ਕੋਈ ਰੋਕ ਨਹੀਂ ਸਕਦਾ। ਸਾਡੇ ਨਾਲ GST ਦੇ ਪ੍ਰਿੰਸੀਪਲ ਸੈਕਟਰੀ ਵੀ ਹੈਗੇ ਸਰ ਕਿਸ਼ੋਰ ਲਾਲ ਜੀ। ਸਰ, ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ, ਆਪਕੋ ਕਿਆ ਲੱਗਤਾ ਹੈ ਕਿ ਇਹ ਜੋ ਅੱਜ ਕਾ ਬਜਟ ਹੈ, ਬਜਟ ਓਰੀਐਂਟਿਡ ਜੋ ਅਬ ਕਹਾ ਜਾ ਰਹਾ ਥਾ ਕਿ ਹਰ ਗਰੋਥ ਮੇਂ ਇੱਕ ਬਹੁਤ ਬੜਾ ਰੋਲ ਪਲੇ ਕਰੇਗਾ, ਆਪਕੋ ਲੱਗਤਾ ਹੈ ਕਿ ਆਜ ਕਾ ਬਜਟ ਦੇਸ਼ ਕੀ ਗਰੋਥ ਕੋ ਔਰ ਆਗੇ ਬੜਾਏ? ਆਜ ਕਾ ਬਜਟ ਇੱਕ ਬਹੁਤ ਹੀ ਬੈਲੈਂਸ ਬਜਟ ਹੈ, ਦੇਸ਼ ਕੀ ਪ੍ਰਗਤੀ ਮੇਂ ਚਾਰ ਚਾਂਦ ਲਗਾਨੇ ਵਾਲਾ ਬਜਟ ਹੈ, ਕਿਉਂਕਿ ਇਸ ਬਜਟ ਮੇਂ ਦੇਸ਼ ਕੇ ਹਰ ਖੇਤਰ ਕੋ ਹਰ ਵਰਗ ਕੇ ਲੋਕੋਂ ਕੋ ਕਵਰ ਕਰਨੇ ਕਾ ਪ੍ਰਯਾਸ ਕੀਆ ਗਿਆ ਹੈ, ਜੈਸੇ ਰੂਰਲ ਖੇਤਰ ਸੇ ਲੇਕਰ ਕੇ ਅਰਬਨ ਖੇਤਰ ਤੱਕ ਔਰ ਯੂਥ ਸੇ ਲੇਕਰ ਕੇ ਮਿਡਲ ਕਲਾਸ ਸੇ ਲੇਕਰ ਕੇ ਨਾਰੀ ਤੱਕ ਕਾ ਇਸਮੇਂ ਕਵਰ ਕੀਆ ਗਿਆ ਹੈ। ਮਿਡਲ ਕਲਾਸ ਕੇ ਲੀਏ ਡਾਇਰੈਕਟ ਟੈਕਸ ਮੇਂ, ਇਨਕਮ ਟੈਕਸ ਮੇਂ ਕਾਫੀ ਸੁਵਿਧਾ ਦੀ ਗਈ ਹੈ, ਕਿਉਂਕਿ ਜੋ 5 ਲੱਖ ਤੱਕ ਕੀ ਐਨੁਅਲ ਇਨਕਮ ਜਿਸਕੀ ਹੋਗੀ ਉਸੇ ਅਬ ਕੋਈ ਟੈਕਸ ਨਹੀਂ ਦੇਣਾ ਪੜੇਗਾ। ਤੋ ਇਸ ਤਰੀਕੇ ਮੇਂ ਇਸਮੇਂ ਬਜਟ ਮੇਂ ਕਈ ਸਾਰੇ ਔਰ ਵੀ ਨਈ ਸਕੀਮ ਲਾਈ ਗਈ, ਸਰਕਾਰ ਸੋਚ ਰਹੀ ਹੈ, ਜੈਸੇ ਗਾਂਵ ਗਰੀਬ ਔਰ ਕਿਸਾਨ ਵਾਲਾ ਜੋ ਹੈ, ਜਿਸਸੇ ਕਿ ਗਾਂਵ ਮੇਂ ਜੋ ਹੈ ਰਹਿਣੇ ਵਾਲੇ ਲੋਕੋਂ ਕੋ, ਗਰੀਬ ਕੋ ਔਰ ਕਿਸਾਨ ਕੋ ਸਰਕਾਰ ਉਨਕੇ ਵਿਕਾਸ ਕੇ ਲੀਏ ਪੂਰਾ ਪੂਰਾ ਸਹਿਯੋਗ ਕਰੇਗੀ, ਪੂਰੀ ਪੂਰੀ ਪ੍ਰਯਾਸ ਕਰੇਗੀ। ਤੋ ਇਹ ਇੱਕ ਬਹੁਤ ਹੀ ਅੱਛਾ ਬਜਟ ਹੈ। ਸਰ, ਆਪ GST ਸੈਕਟਰ ਸੇ ਆਤੇ ਹੈ, GST ਜਬ ਆਇਆ ਥਾ ਇੱਕ ਬਹੁਤ ਬੜਾ ਹਊਆ ਸਮਝ ਕੇ ਲੋਕੋਂ ਨੇ ਇਸੇ ਲਿਆ ਥਾ, ਲੇਕਿਨ ਅਬ ਧੀਰੇ ਧੀਰੇ ਜੋ ਹੈ ਪਟਰੀ ਪੂਰੀ ਤਰੀਕੇ ਸੇ ਲਾਈਨ ਪੇ ਆ ਗਈ ਹੈ। ਇਸ ਬਜਟ ਮੇਂ ਹਮਕੋ ਲਗਤਾ ਹੈ ਕਿ GST ਕੋ ਲੇਕਰ ਜੋ ਇੱਕ ਜੋ ਦੁਕਾਨਦਾਰੋਂ ਕੇ ਬੀਚ ਮੇਂ ਇੱਕ ਸੰਸ਼ਯ ਥਾ, ਵੋ ਸੰਸ਼ਯ ਦੂਰ ਹੋ? GST ਸ਼ੁਰੂ ਸੇ ਹੀ ਇੱਕ ਸਰਲ ਕਰਕੇ ਰੂਪ ਮੇਂ ਲਾਇਆ ਗਿਆ ਥਾ, ਕੁਛ ਟੈਕਨੋਲੋਜੀ ਕੀ ਵਜਹ ਸੇ ਐਸਾ ਰਹਾ ਕਿ ਕੁਛ ਪ੍ਰੋਬਲਮਸ ਆਈ, ਲੇਕਿਨ ਵੋ ਸਾਰੀ ਪ੍ਰੋਬਲਮਸ ਅਬ ਦੂਰ ਕਰ ਲਈ ਗਈ ਹੈ ਔਰ GST ਅਬ ਸਟ੍ਰੀਮ ਲਾਈਨ ਹੋ ਗਿਆ ਹੈ, ਅਬ ਕਰਦਾਤਾ ਕੋ ਕਿਸੇ ਵੀ ਤਰ੍ਹਾਂ ਕੀ ਕੋਈ ਸਮੱਸਿਆ ਨਹੀਂ ਰਹੀ ਹੈ। ਅਗਰ ਕੋਈ ਇੱਕ ਆਧ ਸਮੱਸਿਆ ਜੈਸੇ ਰਿਟਰਨ ਵਗੈਰਾ ਕੇ ਬਾਰੇ ਮੇਂ ਰਹੀ ਹੈ, ਤੋ ਸਰਕਾਰ ਪੂਰੀ ਜੋ ਹੈ ਉਸ ਮਾਮਲੇ ਸੇ ਸੰਵੇਦਨਸ਼ੀਲ ਹੈ ਔਰ ਪ੍ਰਯਾਸ ਕਰ ਰਹੀ ਹੈ ਕਿ ਜੋ ਸਮੱਸਿਆ ਇੱਕ ਆਧ ਬਚੀ ਹੋਈ ਹੈ ਵੋ ਵੀ ਦੂਰ ਹੋ ਜਾਏ। ਛੋਟੇ ਦੁਕਾਨਦਾਰੋਂ ਕੋ ਕਾਫੀ ਫਾਇਦਾ ਪਹੁੰਚਾਨੇ ਕੀ ਕੋਸ਼ਿਸ਼ ਕੀ ਗਈ ਹੈ, ਉਨਕੇ ਲਈ ਪੈਨਸ਼ਨ ਯੋਜਨਾ ਸ਼ੁਰੂ ਕੀ ਜਾ ਰਹੀ ਹੈ, ਵੋ ਕਿਤਨਾ ਬੜਾ ਇੱਕ ਫਾਇਦਾ? ਛੋਟੇ ਦੁਕਾਨਦਾਰੋਂ ਕੇ ਲੀਏ ਜੋ ਸਰਕਾਰ ਪੈਨਸ਼ਨ ਯੋਜਨਾ ਲਾ ਰਹੀ ਹੈ ਵੋ ਬਹੁਤ ਹੀ ਫਾਇਦੇ ਕੀ ਚੀਜ਼ ਹੈ ਉਨਕੇ ਲੀਏ, ਕਿਉਂਕਿ ਕਈ ਵਾਰ ਐਸਾ ਹੋਤਾ ਥਾ ਕਿ ਛੋਟੇ ਦੁਕਾਨਦਾਰ ਕੀ ਕੋਈ ਹਾਦਸਾ ਹੋ ਜਾਤਾ ਥਾ ਔਰ ਉਨਕੇ ਪਰਿਵਾਰ ਕੇ ਲੀਏ ਕੁਛ ਨਹੀਂ ਬਚਤਾ ਥਾ, ਤੋ ਇਸ ਬੀਮਾ ਲਾਨੇ ਸੇ ਉਨਕੋ ਬਹੁਤ ਬੜਾ ਫਾਇਦਾ ਹੋਗਾ, ਉਨਕੇ ਪਰਿਵਾਰ ਕੀ ਦੇਖਭਾਲ ਕਰਨੇ ਕੇ ਲੀਏ ਸਰਕਾਰ ਕੀ ਸਕੀਮ ਬਹੁਤ ਕਾਰਗਰ ਹੋਗੀ। ਓਕੇ, ਧੰਨਵਾਦ। ਤੁਸੀਂ ਸੁਣਿਆ ਹੈ ਕਿ ਜਿਹੜੇ ਇੱਥੇ ਫਲਿੱਪਕਾਰਟ 'ਤੇ ਆਏ ਸੀਗੇ, ਸਾਡੇ ਨਾਲ ਕੁਛ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਅੱਜ ਦਾ ਬਜਟ ਓਵਰਆਲ ਤੁਸੀਂ ਕਿਸ ਤਰੀਕੇ ਨਾਲ? ਓਵਰਆਲ ਬਹੁਤ ਪੋਜ਼ਿਟਿਵ ਬਜਟ ਹੈ, ਗਵਰਨਮੈਂਟ ਕੀ ਇੰਟੈਂਸ਼ਨ ਬੜੀ ਕਲੀਅਰ ਦਿਖ ਰਹੀ ਹੈ ਕਿ ਗਰੋਥ ਚਾਹੀਏ ਕੰਟਰੀ ਕੋ, ਕਿਉਂ ਐਟਲੀਸਟ ਟੈਕਨੋਲੋਜ ਕੀਆ ਹੈ ਟੈਕਸ ਪੇਅਰਸ ਕੋ, ਕਿ ਜੋ ਟੈਕਸ ਪੇਅਰਸ ਕਾ ਕੰਟਰੀਬਿਊਸ਼ਨ ਹੈ ਟੂਵਰਡਸ ਦਾ ਗਰੋਥ ਆਫ ਦਾ ਕੰਟਰੀ, ਉਹ ਆਈ ਥਿੰਕ ਪਹਿਲੇ ਕਭੀ ਨਹੀਂ ਕੀਆ ਗਿਆ। ਫਾਈਨਾਂਸ ਮਿਨਿਸਟਰ ਨੇ ਥੈਂਕ ਯੂ ਬੋਲਾ ਟੈਕਸ ਪੇਅਰਸ ਕੋ, ਐਂਡ ਇੱਕ ਔਰ ਬਹੁਤ ਅੱਛੀ ਚੀਜ਼ ਰਹੀ ਹੈ ਕਿ ਆਲਮੋਸਟ ਹਰ ਸੈਕਟਰ ਕੋ ਕਵਰ ਕੀਆ ਗਿਆ ਹੈ। ਸਟਾਰਟਅਪਸ ਨੂੰ ਬਹੁਤ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼, ਸਟਾਰਟਅਪਸ ਕੋ ਟੈਕਸ ਬੈਨੀਫਿਟਸ ਦੀਏ ਹੈ, ਕੈਪੀਟਲ ਗੇਨ ਮੇਂ ਬੈਨੀਫਿਟ ਦੀਆ ਹੈ, ਸਟਾਰਟਅਪਸ ਪੇ ਫੋਕਸ ਰੱਖਾ ਗਿਆ ਹੈ ਆਂਟਰਪ੍ਰੀਨਰਸ਼ਿਪ ਕੋ ਪ੍ਰਮੋਟ ਕਰਨੇ ਕੇ ਲੀਏ, ਕਿਉਂਕਿ ਜੋਬਸ ਹਮਾਰੇ ਯਹਾਂ ਨਹੀਂ ਕ੍ਰੀਏਟ ਹੋ ਰਹੀ ਹੈ। ਹਰ ਸਾਲ ਇਤਨੇ ਸਟੂਡੈਂਟਸ ਪਾਸ ਆਊਟ ਹੋ ਰਹੇ ਹੈ, ਇਤਨੀ ਜੋਬਸ ਹੈ ਨਹੀਂ ਇੰਡੀਆ ਮੇਂ, ਸੋ ਸਟਾਰਟਅਪਸ ਕਾ ਬਹੁਤ ਇੰਪੋਰਟੈਂਟ ਰੋਲ ਹੈ ਜੋਬ ਕ੍ਰੀਏਸ਼ਨ ਮੇਂ, ਕਿਉਂਕਿ ਆਂਟਰਪ੍ਰੀਨਰਸ ਬਣੇਗੇ ਯੰਗ ਜੋ ਕਾਲਜ ਸੇ ਨਿਕਲ ਰਹੇ ਹੈ, ਉਨਕੋ ਅਗਰ ਸਕਿੱਲ ਟ੍ਰੇਨਿੰਗ ਮਿਲੇਗੀ ਉਹ ਆਂਟਰਪ੍ਰੀਨਰਸ ਬਣੇਗੇ ਜੋਬ ਕ੍ਰੀਏਟ ਕਰੇਂਗੇ, ਤੋ ਉਸ ਹਿਸਾਬ ਸੇ ਬਹੁਤ ਅੱਛੀ ਚੀਜ਼ ਹੈ ਕਿ ਸਟਾਰਟਅਪਸ ਪੇ ਇਤਨਾ ਫੋਕਸ। ਟ੍ਰੇਡਰਸ ਨੂੰ ਵੀ ਕਾਫੀ ਫਾਇਦਾ ਪਹੁੰਚਾਇਆ ਗਿਆ, ਪੈਨਸ਼ਨ ਯੋਜਨਾ ਲਾਗੂ ਕੀਤੀ ਗਈ, ਛੋਟੇ ਟ੍ਰੇਡਰਸ ਕੋ ਵੀ ਬਿਲਕੁਲ ਫਾਇਦਾ ਹੋਇਆ ਹੈ। ਐਂਡ ਜੈਸੇ ਮੈਨੇ ਕਿਹਾ ਕਿ ਓਵਰਆਲ ਬਹੁਤ ਪੋਜ਼ਿਟਿਵ ਅਪਰੋਚ ਹੈ ਗਵਰਨਮੈਂਟ ਕੀ, ਆਲਮੋਸਟ ਹਰ ਕਿਸੀ ਕੋ ਕਵਰ ਕਰਨੇ ਕੀ ਕੋਸ਼ਿਸ਼ ਕਰੀ ਹੈ, ਤੋ ਲੈਟਸ ਹੋਪ ਕਿ ਰਿਜ਼ਲਟਸ ਆਏ ਇਸਕੇ, ਯਹੀ ਹੈ ਹਮਾਰੀ ਉਮ। ਦੱਸ ਚੋ ਕਿੰਨੇ ਨੰਬਰ ਦਿੰਦੇ?
इस बजट को 10 में से 7। ਤੁਸੀਂ ਸੁਣਿਆ ਕਿ ਹਰ ਕੋਈ ਇਸ ਬਜਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਵੀ ਹੈ ਕਿਉਂਕਿ ਇਹ ਨਿਰਮਲਾ ਸੀਤਾਰਮਨ ਜਿਹੜੀ ਕਿ ਪਹਿਲੀ ਮਹਿਲਾ ਵਿੱਤ ਮੰਤਰੀ ਹੈ ਉਹਨਾਂ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਹੈ। ਚੰਡੀਗੜ੍ਹ ਦੇ ਵਪਾਰੀਆਂ ਦੀ, ਟ੍ਰੇਡਰਸ ਦੀ ਜਾਂ ਇੰਡਸਟਰੀਜ਼ ਦੀ ਗੱਲ ਕਰੀਏ ਤਾਂ ਇਸ ਬਜਟ ਨਾਲ ਇਹ ਕਾਫੀ ਖੁਸ਼ ਨਜ਼ਰ ਆ ਰਹੇ। ਹਾਲਾਂਕਿ ਬਜਟ ਦੇ ਵਿੱਚ ਹਰ ਪਹਿਲੂ ਨੂੰ ਛੂਹਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵਿੱਤ ਮੰਤਰੀ ਵੱਲੋਂ ਕੀਤੀ ਗਈ, ਲੇਕਿਨ ਆਮ ਲੋਕਾਂ ਦੇ ਉੱਤੇ ਕਿਸ ਤਰੀਕੇ ਦਾ ਅਸਰ ਪਏਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ। ਹਾਲਾਂਕਿ ਇਹ ਅਗਰ ਗੱਲ ਕਰੀ ਓਵਰਆਲ ਫਾਈਨੈਂਸ ਮਿਨਿਸਟਰ ਦੇ ਇਸ ਬਜਟ ਨੂੰ ਕਾਫੀ ਸਰਾਹਿਆ ਜਾ ਰਿਹਾ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ।